ਕੇਵਲ ਸਮਰੱਥ ਗੁਰੂ ਤੋਂ ਮਿਲਦਾ ਹੈ। ਸਮਰੱਥ ਗੁਰੂ ਦੇ ਲੜਨ ਲੱਗਿਆ ਹੀ ਨਾਮ ਮਿਲੇਗਾ। ਇਸੇ ਵਾਸਤੇ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਔਰ ਬਹੁਤ ਸਾਰੀਆਂ ਭਾਗਾਂ ਵਾਲੀਆਂ ਰੂਹਾਂ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਕੇ ਜੀਵਨ ਸਫਲਾ ਕਰ ਰਹੀਆਂ ਨੇ। ਅਜੇ ਵੀ ਸਮਾਂ ਕੁਝ ਮਿੰਟ ਬਾਕੀ ਨੇ। ਜਿਹੜੇ ਵੀ ਰਹਿੰਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਆਪ ਜੀ ਕਕਾਰ ਲੈ ਕੇ ਅੰਮ੍ਰਿਤ ਛਕਣ ਵਾਸਤੇ ਉੱਥੇ ਪਹੁੰਚ ਜਾਓ। ਇਹ ਬੇਨਤੀ ਹੈ। ਲਓ ਹੁਣ ਆਪ ਜੀ ਸੇਵਾ ਵਿੱਚ ਭਾਈ ਰੁਪਿੰਦਰ ਸਿੰਘ ਜੀ ਅਤੇ ਬੀਬੀ ਰਜਨੀਸ਼ ਕੌਰ ਜੋ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸਕੂਲ ਦੇ ਵਿੱਚ ਟੀਚਰ ਨੇ, ਮਿਊਜ਼ਿਕ ਸਿਖਾਉਂਦੇ ਨੇ, ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ, ਉਹ ਆਪ ਜੀ ਨੂੰ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਮਨੀਲਾ, ਉਹਨਾਂ ਤੋਂ ਬਾਅਦ ਬਾਬਾ ਵਿਰਸਾ ਸਿੰਘ ਜੀ ਮੱਖਣ, ਇਸ ਤਰ੍ਹਾਂ ਪ੍ਰੋਗਰਾਮ ਬੜਾ ਸੁੰਦਰ ਸੁਹਾਵਣਾ ਹੈ। ਅੱਜ ਸਤਿਕਾਰਯੋਗ ਮਾਤਾ ਜੀ ਦਾ ਆਪਾਂ ਯਾਦ ਨਾ ਰਹੇ ਹਾਂ। ਸਾਡੇ ਟਰੱਸਟ ਦੇ ਬਾਨੀ ਮਹਾਂਪੁਰਖਾਂ ਦੇ ਜੀਵਨ ਸਾਥੀ, ਉਹਨਾਂ ਦੀ ਮਿੱਠੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਔਰ ਪੰਥ ਵਿੱਚ ਕੌਮ ਵਿੱਚ ਵਾਹਿ ਗੁਰੂ ਵਾਹਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਸਰਬ ਕਲਾ ਡੋਲਨ ਤੇਰਾ ਕੋ ਪ੍ਰਭੂ ਡੋਲਨ ਤੇਰਾ ਕੋ ਪ੍ਰਭੂ ਰਸਨਾ ਗੁਣ ਗੋਪਾਲ ਨੇਤ ਗਾਇਣ ਰਸਨਾ ਗੁਣ ਗੋਪਾਲ ਨੇਤ ਗਾਇਣ
Let's go now.